ਮਾਨਜੋ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਜਿਹਦੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਮਾਨਜੋ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਵਿੱਚ ਐਸਪੀ ਇਨਵੈਸਟੀਗੇਸ਼ਨ ਸਰਵਿਸ ਭਈਆ ਜੀ ਡੀਐਸਪੀ ਕਲਾਂ ਸਿੰਘ ਜੀ ਦੀ ਰਹਿਨਮਾਈ ਹੇਠ ਥਾਣਾ ਟਾਂਡਾ ਦੀ ਪੁਲਿਸ ਵੱਲੋਂ ਅੱਜ ਇੱਕ ਦੋਸ਼ੀ ਸਣੀ ਪੁੱਤਰ ਜੋਗਿੰਦਰਪਾਲ ਜੋ ਆਈਆਪੁਰ ਦਾ ਰਹਿਣ ਵਾਲਾ ਇੱਥੇ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਹੈ ਅਤੇ ਇਹ ਬਹੁਤ ਵੱਡੀ ਪੱਧਰ 'ਤੇ ਸਮਗਲਿੰਗ ਕਰਦਾ ਹੈ ਨਸ਼ੀਲੇ ਪਦਾਰਥਾਂ ਦੀ ਇਹਨੂੰ ਅੱਜ 517 ਗ੍ਰਾਮ ਨਸ਼ੀਲੇ ਪਦਾਰਥ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਗ੍ਰਿਫਤਾਰ ਕੀਤਾ ਇਹ ਦੋਸ਼ੀ ਬਹੁਤ ਵੱਡੇ ਪੱਧਰ 'ਤੇ ਆਸ ਪਾਸ ਸਮਗਲਿੰਗ ਕਰਦਾ ਔਰ ਇਹਦੇ 'ਤੇ ਜਿੰਨੇ ਇਹਦੇ ਸਾਥੀ ਹੈ ਇਸ ਸੰਬੰਧ 'ਚ ਉਹਨਾਂ ਨੂੰ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਦੋਸ਼ੀ ਦੇ ਜਿੰਨੀ ਪ੍ਰੋਪਰਟੀ ਹੈ ਉਹ ਵੀ 68F ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਫਰੀਜ਼ ਕਰਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਇਹ ਮੁਹਿੰਮ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜੋ ਲਗਾਤਾਰ ਟਾਂਡਾ ਪੁਲਿਸ ਵੱਲੋਂ ਜਾਰੀ ਹਨ ਥੈਂਕ ਯੂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ਼ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਜਿਹਦੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਮਾਨਯੋਗ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਵਿੱਚ ਐਸਪੀ ਇਨਵੈਸਟੀਗੇਸ਼ਨ ਸਰਵਿਸ ਭਈਆ ਜੀ ਡੀਐਸਪੀ ਕਲਾਂ ਸਿੰਘ ਜੀ ਦੀ ਰਹਿਨਮਾਈ ਹੇਠ ਥਾਣਾ ਟਾਂਡਾ ਦੀ ਪੁਲਿਸ ਵੱਲੋਂ ਅੱਜ ਇੱਕ ਦੋਸ਼ੀ ਸਣੀ ਪੁੱਤਰ ਜੋਗਿੰਦਰਪਾਲ ਜੋ ਆਈਆਪੁਰ ਦਾ ਰਹਿਣ ਵਾਲਾ ਇੱਥੇ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਹੈ ਅਤੇ ਇਹ ਬਹੁਤ ਵੱਡੀ ਪੱਧਰ 'ਤੇ ਸਮਗਲਿੰਗ ਕਰਦਾ ਹੈ ਨਸ਼ੀਲੇ ਪਦਾਰਥਾਂ ਦੀ ਇਹਨੂੰ ਅੱਜ 517 ਗ੍ਰਾਮ ਨਸ਼ੀਲੇ ਪਦਾਰਥ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਗ੍ਰਿਫਤਾਰ ਕੀਤਾ ਇਹ ਦੋਸ਼ੀ ਬਹੁਤ ਵੱਡੇ ਪੱਧਰ 'ਤੇ ਆਸ ਪਾਸ ਸਮਗਲਿੰਗ ਕਰਦਾ ਔਰ ਇਹਦੇ 'ਤੇ ਜਿੰਨੇ ਇਹਦੇ ਸਾਥੀ ਹੈ ਇਸ ਸੰਬੰਧ 'ਚ ਉਹਨਾਂ ਨੂੰ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਦੋਸ਼ੀ ਦੇ ਜਿੰਨੀ ਪ੍ਰੋਪਰਟੀ ਹੈ ਉਹ ਵੀ 68F ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਫਰੀਜ਼ ਕਰਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਇਹ ਮੁਹਿੰਮ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜੋ ਲਗਾਤਾਰ ਟਾਂਡਾ ਪੁਲਿਸ ਵੱਲੋਂ ਜਾਰੀ ਹਨ ਥੈਂਕ ਯੂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ਼ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਜਿਹਦੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਮਾਨਯੋਗ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਵਿੱਚ ਐਸਪੀ ਇਨਵੈਸਟੀਗੇਸ਼ਨ ਸਰਵਿਸ ਭਈਆ ਜੀ ਡੀਐਸਪੀ ਕਲਾਂ ਸਿੰਘ ਜੀ ਦੀ ਰਹਿਨਮਾਈ ਹੇਠ ਥਾਣਾ ਟਾਂਡਾ ਦੀ ਪੁਲਿਸ ਵੱਲੋਂ ਅੱਜ ਇੱਕ ਦੋਸ਼ੀ ਸਣੀ ਪੁੱਤਰ ਜੋਗਿੰਦਰਪਾਲ ਜੋ ਆਈਆਪੁਰ ਦਾ ਰਹਿਣ ਵਾਲਾ ਇੱਥੇ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਹੈ ਅਤੇ ਇਹ ਬਹੁਤ ਵੱਡੀ ਪੱਧਰ 'ਤੇ ਸਮਗਲਿੰਗ ਕਰਦਾ ਹੈ ਨਸ਼ੀਲੇ ਪਦਾਰਥਾਂ ਦੀ ਇਹਨੂੰ ਅੱਜ 517 ਗ੍ਰਾਮ ਨਸ਼ੀਲੇ ਪਦਾਰਥ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਗ੍ਰਿਫਤਾਰ ਕੀਤਾ ਇਹ ਦੋਸ਼ੀ ਬਹੁਤ ਵੱਡੇ ਪੱਧਰ 'ਤੇ ਆਸ ਪਾਸ ਸਮਗਲਿੰਗ ਕਰਦਾ ਔਰ ਇਹਦੇ 'ਤੇ ਜਿੰਨੇ ਇਹਦੇ ਸਾਥੀ ਹੈ ਇਸ ਸੰਬੰਧ 'ਚ ਉਹਨਾਂ ਨੂੰ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਦੋਸ਼ੀ ਦੇ ਜਿੰਨੀ ਪ੍ਰੋਪਰਟੀ ਹੈ ਉਹ ਵੀ 68F ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਫਰੀਜ਼ ਕਰਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਇਹ ਮੁਹਿੰਮ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜੋ ਲਗਾਤਾਰ ਟਾਂਡਾ ਪੁਲਿਸ ਵੱਲੋਂ ਜਾਰੀ ਹਨ ਥੈਂਕ ਯੂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ਼ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਜਿਹਦੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਮਾਨਯੋਗ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਵਿੱਚ ਐਸਪੀ ਇਨਵੈਸਟੀਗੇਸ਼ਨ ਸਰਵਿਸ ਭਈਆ ਜੀ ਡੀਐਸਪੀ ਕਲਾਂ ਸਿੰਘ ਜੀ ਦੀ ਰਹਿਨਮਾਈ ਹੇਠ ਥਾਣਾ ਟਾਂਡਾ ਦੀ ਪੁਲਿਸ ਵੱਲੋਂ ਅੱਜ ਇੱਕ ਦੋਸ਼ੀ ਸਣੀ ਪੁੱਤਰ ਜੋਗਿੰਦਰਪਾਲ ਜੋ ਆਈਆਪੁਰ ਦਾ ਰਹਿਣ ਵਾਲਾ ਇੱਥੇ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਹੈ ਅਤੇ ਇਹ ਬਹੁਤ ਵੱਡੀ ਪੱਧਰ 'ਤੇ ਸਮਗਲਿੰਗ ਕਰਦਾ ਹੈ ਨਸ਼ੀਲੇ ਪਦਾਰਥਾਂ ਦੀ ਇਹਨੂੰ ਅੱਜ 517 ਗ੍ਰਾਮ ਨਸ਼ੀਲੇ ਪਦਾਰਥ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਗ੍ਰਿਫਤਾਰ ਕੀਤਾ ਇਹ ਦੋਸ਼ੀ ਬਹੁਤ ਵੱਡੇ ਪੱਧਰ 'ਤੇ ਆਸ ਪਾਸ ਸਮਗਲਿੰਗ ਕਰਦਾ ਔਰ ਇਹਦੇ 'ਤੇ ਜਿੰਨੇ ਇਹਦੇ ਸਾਥੀ ਹੈ ਇਸ ਸੰਬੰਧ 'ਚ ਉਹਨਾਂ ਨੂੰ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਦੋਸ਼ੀ ਦੇ ਜਿੰਨੀ ਪ੍ਰੋਪਰਟੀ ਹੈ ਉਹ ਵੀ 68F ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਫਰੀਜ਼ ਕਰਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਇਹ ਮੁਹਿੰਮ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜੋ ਲਗਾਤਾਰ ਟਾਂਡਾ ਪੁਲਿਸ ਵੱਲੋਂ ਜਾਰੀ ਹਨ ਥੈਂਕ ਯੂ